ਇਹ ਸਥਾਨ ਮੀਰੀ ਪੀਰੀ ਦੇ ਮਾਲਕ ਬੜ ਜੋਧਾ ਪਰਉਪਕਾਰੀ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਪਾਵਨ ਚਰਨ ਇਸ ਸਥਾਨ 'ਤੇ ਪਏ। ਜਦੋਂ ਪੈਂਦੇ ਖਾਂ ਕਾਲੇ ਖਾਂ ਦੀ ਕਮਾਨ ਹੇਠ 5000 ਲਸ਼ਕਰ ਲੈ ਕੇ ਕਰਤਾਰਪੁਰ ਵਿਖੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੰਗ ਕਰਨ ਵਾਸਤੇ ਆਇਆ। ਸਤਿਗੁਰੂ ਮਹਾਰਾਜ ਜੀ ਨੇ 4 ਜੰਗਾਂ ਲੜੀਆਂ ਔਰ ਇਹ ਅਖੀਰਲੀ ਜੰਗ ਕਰਤਾਰਪੁਰ ਦੇ ਸਥਾਨ 'ਤੇ ਹੋਈ, ਜੋ ਕਿ ਅੰਮ੍ਰਿਤਸਰ ਰੋਡ ਜਲੰਧਰ ਰੋਡ 'ਤੇ ਇਹ ਸਥਿਤ ਹੈ ਕਰਤਾਰਪੁਰ ਸਾਹਿਬ। ਉੱਥੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਪੈਂਦੇ ਖਾਂ ਦੀ ਜੰਗ ਹੋਈ ਔਰ ਪੈਂਦੇ ਖਾਂ ਨੂੰ ਹਾਰ ਪ੍ਰਾਪਤ ਹੋਈ, ਪੈਂਦੇ ਖਾਂ ਮਾਰਿਆ ਗਿਆ। ਔਰ ਸਤਿਗੁਰੂ ਮਹਾਰਾਜ ਜੀ ਜਦੋਂ 1634 ਈਸਵੀ ਸਨ ਵਿੱਚ ਪੈਂਦੇ ਖਾਂ ਨੂੰ ਮਾਰਿਆ, ਸਤਿਗੁਰੂ ਜੀ ਨੇ ਮੁਗਲ ਲਸ਼ਕਰ ਦੀ ਹਾਰ ਹੋਈ ਔਰ ਇਸ ਸਥਾਨ 'ਤੇ ਪਹੁੰਚੇ। ਕੁੰਦੀ ਪਰਿਵਾਰ ਭਾਈ ਫਰੰਗਾ ਜੀ ਰਾਮਗੜੀਆ ਪਰਿਵਾਰ ਦੇ ਗ੍ਰਹਿ ਵਿਖੇ ਸਤਿਗੁਰੂ ਮਹਾਰਾਜ ਜੀ ਆਏ। ਉਹ ਪਰਿਵਾਰ ਗੁਰੂ ਘਰ ਦਾ ਬਹੁਤ ਸੇਵਕ ਸੀ ਔਰ 3 ਦਿਨ ਇਸ ਸਥਾਨ 'ਤੇ ਰਹੇ। ਜਦੋਂ ਸ਼ੇਖ ਦਰਵੇਸ਼ ਨੂੰ ਪਤਾ ਲੱਗਿਆ ਕਿ ਮੀਰੀ ਪੀਰੀ ਦੇ ਮਾਲਕ ਜਿਹੜੇ ਸਾਰੇ ਧਰਮਾਂ ਦਾ ਅਦਬ ਸਤਿਕਾਰ ਕਰਦੇ ਨੇ, ਜਿਨ੍ਹਾਂ ਨੇ ਮੁਸਲਮਾਨ ਧਰਮ ਦੀ ਪੂਜਾ ਕਰਨ ਵਾਸਤੇ ਆਪ ਮਸਜਿਦ ਬਣਵਾ ਕੇ ਦਿੱਤੀ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਜਦੋਂ, ਅਤੇ ਮਨ ਵਿੱਚ ਸੋਚਦੇ ਨੇ ਸ਼ੇਖ ਦਰਵੇਸ਼ ਜੀ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਕਰਨ ਜਾ ਰਿਹਾ, ਅਤੇ ਜਦੋਂ ਮੁਗਲ ਲਸ਼ਕਰ ਪਿੱਛੋਂ ਆਏਗਾ ਤਾਂ ਮੈਨੂੰ ਪੁੱਛੇਗਾ ਕਿ ਸਤਿਗੁਰੂ ਮਹਾਰਾਜ ਜੀ ਕਿੱਥੇ ਗਏ, ਅਤੇ ਫਿਰ ਮੈਨੂੰ ਸੱਚ ਬੋਲਣਾ ਪਏਗਾ, ਕਿਉਂ ਪੀਰ ਫਕੀਰ ਦਾ ਕਾਰਜ ਹੀ ਸੱਤ ਹੈ। ਉਹ ਹਮੇਸ਼ਾ ਸੱਤ ਦੇ ਧਾਰਨੀ ਹੋ ਕੇ ਰਹਿੰਦੇ ਨੇ, ਜੋ ਵੀ ਹੋਵੇ ਉਹ ਸੱਤ ਦਾ ਕਦੀ ਪੱਲਾ ਨਹੀਂ ਛੱਡਿਆ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨਾ, ਅਤੇ ਸ਼ੇਖ ਦਰਵੇਸ਼ ਜੀ ਨੇ ਆਪਣੀਆਂ ਅੱਖਾਂ 'ਤੇ ਨਾ ਪੱਟੀ ਬੰਨ੍ਹ ਲਈ। ਜਦੋਂ ਪੱਟੀ ਬੰਨ੍ਹ ਕੇ ਆਏ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ, ਅਤੇ ਸਤਿਗੁਰੂ ਮਹਾਰਾਜ ਜੀ ਨਾ ਉਹਦੇ 'ਤੇ ਇੰਨੀ ਕੁ ਕਿਰਪਾ ਕੀਤੀ ਕਿ ਅੰਤਰ ਆਤਮੇ ਨਾ ਉਹਨੂੰ ਦਰਸ਼ਨ ਦਿੱਤੇ ਅਤੇ ਨਿਹਾਲੋ ਨਿਹਾਲ ਕੀਤਾ, ਉਹਦੇ ਨਾਲ ਚਰਚਾ ਹੋਈ ਔਰ ਸ਼ੇਖ ਦਰਵੇਸ਼ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ। ਸਤਿਗੁਰੂ ਮਹਾਰਾਜ 3 ਦਿਨ ਇਸ ਸਥਾਨ 'ਤੇ ਰਹੇ। ਹਰ ਸਾਲ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਕੀ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ 'ਤੇ ਪਹੁੰਚਦੀ। ਇਹ ਸਥਾਨ ਬਹੁਤ ਛੋਟਾ ਜਿਹਾ ਸੀ ਕਮਰੇ ਦੇ ਰੂਪ ਵਿੱਚ ਔਰ ਸੰਗਤ ਨੇ ਪਰਿਵਾਰ ਨੂੰ ਬੇਨਤੀ ਕੀਤੀ ਵੀ ਕੋਈ ਦਿਨ ਤਿਉਹਾਰ ਜਦੋਂ ਹੁੰਦਾ ਹੈ ਤੁਸੀਂ ਇਸ ਸਥਾਨ ਦਾ ਦਰਵਾਜ਼ਾ ਖੋਲ੍ਹ ਦਿਓ ਅਤੇ ਕਿਰਪਾ ਕਰੋ ਇਹ ਸੰਗਤ ਨੂੰ ਹੀ ਭੇਟ ਕਰ ਦਿਓ। ਫਿਰ ਉਸ ਪਰਿਵਾਰ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਹ ਸਥਾਨ ਗੁਰੂ ਸੰਗਤ ਦੀ ਸੇਵਾ ਵਿੱਚ ਭੇਟ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਉਹਨਾਂ ਨੂੰ ਮਾਣ ਸਨਮਾਨ ਪਿਆਰ ਔਰ ਸਿਰਪਾਓ ਦੇ ਕੇ ਸਤਿਕਾਰ ਦਿੱਤਾ ਗਿਆ। ਉਸ ਤੋਂ ਬਾਅਦ ਸੰਗਤ ਨੇ ਇਸ ਸਥਾਨ ਨੂੰ ਬਹੁਤ ਪਿਆਰ ਔਰ ਸ਼ਰਧਾ ਸਹਿਤ ਬਹੁਤ ਸੁੰਦਰ ਨਵੀਨੀ ਢੰਗ ਦੇ ਨਾਲ ਤਿਆਰ ਕੀਤਾ। ਦੇਸ਼ ਵਿਦੇਸ਼ ਦੀ ਸੰਗਤ ਇਸ ਸਥਾਨ 'ਤੇ ਆ ਕੇ ਗੁਰੂ ਦਰਬਾਰ ਦੀ ਹਾਜ਼ਰੀ ਭਰਦੀ ਹੈ ਔਰ ਇੰਨੀ ਆਸਥਾ ਹੈ, ਅਗਰ ਕੋਈ ਸੱਜਣ ਵਿਦੇਸ਼ ਤੋਂ ਵੀ ਆਪਣੇ ਮੁਲਕ 'ਚ ਆਉਂਦਾ ਹੈ ਨਾ, ਤਾਂ ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋ ਇਤਿਹਾਸਿਕ ਸਥਾਨ ਬਸਤੀ ਸ਼ੇਖ ਵਿਖੇ ਹੈ ਉੱਥੇ ਦਰਸ਼ਨ ਕਰਕੇ ਜਾਇਆ ਜਾਏ। ਔਰ ਜਦੋਂ ਵੀ ਬਾਹਰ ਜਾਂਦੀਆਂ ਸੰਗਤਾਂ ਉਹ ਮੱਥਾ ਟੇਕ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਸੀਸ ਪ੍ਰਾਪਤ ਕਰਦੀਆਂ ਹਨ। ਗੁਰੂ ਕਾ ਲੰਗਰ ਚੱਲਦਾ ਰਹਿੰਦਾ, ਦੀਵਾਨ ਸਜਦੇ ਨੇ, ਹਰ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਗੁਰਮਤਿ ਸਮਾਗਮ ਹੁੰਦਾ ਹੈ।
ਗੁਰਦੁਆਰਾ ਸਾਹਿਬ ਵੱਲੋਂ ਬਹੁਤ ਸੁੰਦਰ ਗੁਰੂ ਹਰਗੋਬਿੰਦ ਪਬਲਿਕ ਸਕੂਲ ਚੱਲ ਰਿਹਾ ਹੈ। ਗੁਰੂ ਹਰਗੋਬਿੰਦ ਚੈਰੀਟੇਬਲ ਹੋਸਪਿਟਲ ਦੇ ਤੌਰ 'ਤੇ ਸੇਵਾ ਹੋ ਰਹੀ ਹੈ। ਸਤਿਗੁਰੂ ਕਿਰਪਾ ਕਰਨ, ਸਥਾਨ ਦੀ ਚੜ੍ਹਦੀ ਕਲਾ ਔਰ ਸੰਗਤਾਂ ਹਮੇਸ਼ਾ ਹੀ ਇਸ ਗੁਰੂ ਦਰਬਾਰ ਵਿੱਚ ਆ ਕੇ ਅਸੀਸਾਂ ਮੰਗਦੀਆਂ ਰਹਿਣ।